ਅਸਲਾਮੁਅਲੈਕਮ ਸਿਆਸੀ ਡੇਰਾ ਤੇ ਖੁਸ਼ਮਦੇਤ ਹਜ਼ੂਰ ਸਾਡੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਹਜ਼ੂਰ ਗੱਲ ਇਹ ਵੀ ਕਿ ਖਾਨ ਸਾਹਿਬ ਨੇ 사우ਦੀ ਅਰਬ ਤੋਂ ਵਾਪਸ ਆਂਦਿਆਂ ਹੀ ਜ਼ਹਿਰ ਫੂਕਣਾ ਸ਼ੁਰੂ ਕਰ ਦਿੱਤਾ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਖਾਨ ਸਾਹਿਬ ਫਰਮਾਉਂਦੇ ਨੇ ਕਿ ਮੈਂ ਜਦੋਂ ਤੱਕ ਜ਼ਿੰਦਾ ਮੈਂ ਸ਼ਰੀਫ ਫੈਮਿਲੀ ਨੂੰ ਨਹੀਂ ਛੱਡਣਾ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਬੰਦੇ ਦੀ ਜ਼ہنی ਕਾਫੀਅਤ ਕੀ ਹੈ ਕਹਿੰਦਾ ਕਿ ਮੈਂ ਜਿੰਨੀ ਦੇਰ ਤੱਕ ਜ਼ਿੰਦਾ ਹਾਂ ਮੈਂ ਸ਼ਰੀਫ ਖਾਨਦਾਨ ਨੂੰ ਨਹੀਂ ਛੱਡਣਾ ਇਸ ਤੋਂ ਪਹਿਲੇ ਕਿ ਮੈਂ ਅੱਗੇ ਗੱਲ ਨੂੰ ਟੋਰਾਂ ਮੈਂ ਸਿਰਫ ਖਾਨ ਸਾਹਿਬ ਨੂੰ ਇੰਨਾ ਹੀ ਕਹਿਣਾ ਚਾਹਨਾ ਕਿ ਖਾਨ ਸਾਹਿਬ 1994 ਦੇ ਵਿੱਚ ਤੁਸੀਂ ਸ਼ਰੀਫ ਖਾਨਦਾਨ ਦੇ ਕੋਲੋਂ 50 ਕਰੋੜ ਰੁਪਈਆ ਸ਼ੌਕਤ ਖਾਨਮ ਆਸਤੇ ਜ਼ਕਾਤ ਲਈ ਚੰਦਾ ਲਿਆ 50 ਕਰੋੜ ਤੇ 1994 ਦਾ ਜਿਹੜਾ 50 ਕਰੋੜ ਹੈ ਉਹ ਹੁਣ 2021 ਦਾ ਕਿੰਨੇ ਅਰਬ ਰੁਪਏ ਬਣਦੇ ਨੇ ਇਹ ਮੈਂ ਵੀਡੀਓ ਵੇਖਣ ਵਾਲਿਆਂ ਦੇ ਛੱਡ ਦਿਨਾ ਇਹਦਾ ਹਸਾਬ ਕਿਤਾਬ ਇਹ ਦੀਆਂ ਜ਼ਬਰਾਂ ਜ਼ੇਰਾਂ ਉਹ ਖੁਦ ਸਿੱਧੀਆਂ ਕਰ ਲੈਣਗੇ ਕਿ ਕਿੰਨੇ ਅਰਬ ਰੁਪਈਆ ਬਣਦਾ ਅੱਜ ਦਾ 50 ਕਰੋੜ 1994 ਦਾ 2021 ਦੇ ਵਿੱਚ ਉਹ ਕਿੰਨੇ ਅਰਬ ਬਣਦਾ ਇਹ ਮੈਂ ਵੇਖਣ ਵਾਲਿਆਂ ਤੇ ਛੱਡ ਦੇਣਾ ਤੇ ਖਾਨ ਸਾਹਿਬ ਫਰਮਾਨਦੇ ਨੇ ਕਿ ਮੈਂ ਸ਼ਰੀਫ ਖਾਨਦਾਨ ਨੂੰ ਨਹੀਂ ਛੱਡਣਾ ਖਾਨ ਸਾਹਿਬ ਤੁਸੀਂ ਕੋਈ ਸੁਲਤਾਨਾ ਢਾਕੂ ਕਿ ਤੁਸੀਂ ਕਤਲ ਕਰ ਦੇਣਾ ਸ਼ਰੀਫ ਖਾਨਦਾਨ ਖਾਨ ਸਾਹਿਬ ਤੁਸੀਂ ਕੋਈ ਫੁੱਲਨ ਦੇਵੀ ਦੇ ਮੁੰਡੇ ਹੋ ਕਿ ਤੁਸੀਂ ਨਹੀਂ ਛੱਡਣਾ ਸ਼ਰੀਫ ਖਾਨਦਾਨ ਨੂੰ ਖਾਨ ਸਾਹਿਬ ਤੁਸੀਂ ਕੋਈ ਜ਼ਰੀਲਾ ਸੱਪ ਖਾ ਲਿਆ ਕਿ ਤੁਹਾਡੇ ਅੰਦਰ ਜ਼ਹਿਰ ਫੈਲ ਚੁੱਕੀ ਹੈ ਤੇ ਤੁਸੀਂ ਦੰਦੀ ਵੱਢੋਗੇ ਸ਼ਰੀਫ ਖਾਨਦਾਨ ਦੇ ਕਿਸੇ ਫਰਦ ਨੂੰ ਤੇ ਉਹ ਦੁਨੀਆ ਤੋਂ ਚਲਾ ਜਾਏਗਾ ਖਾਨ ਸਾਹਿਬ ਤੁਸੀਂ ਕੋਈ ਕਿਸੇ ਬਾਵਲੇ ਕੁੱਤੇ ਦਾ ਗੋਸ਼ਟ ਖਾ ਲਿਆ ਕਿ ਤੁਸੀਂ ਖੁਦ ਬਾਵਲੇ ਹੋ ਗਏ ਹੋ ਕਿਉਂਕਿ ਪਿੰਡਾਂ ਥਾਵਾਂ ਤੇ ਜਦੋਂ ਕੋਈ ਕੁੱਤਾ ਕੋਈ ਸੱਪ ਜਾਂ ਕੋਈ ਇਸ ਤਰ੍ਹਾਂ ਦੀ ਜ਼ਰੇਲੀ ਚੀਜ਼ ਖਾ ਲੈਂਦਾ ਸੀ ਨਾ ਉਹ ਫਿਰ ਬਾਵਲਾ ਹੋ ਜਾਂਦਾ ਸੀ ਉਹ ਫਿਰ ਲੋਕਾਂ ਨੂੰ ਵੜਦਾ ਸੀ ਔਰ ਲੋਕੀ ਜਿਹੜੇ ਨੇ ਉਹ ਮਰ ਵੀ ਜਾਂਦੇ ਹੁੰਦੇ ਸੀ ਕਿਉਂਕਿ ਉਹਨੇ ਜ਼ਹਿਰ ਖਾਧਾ ਹੁੰਦਾ ਸੀ ਤੇ ਕਿਆ ਖਾਂ ਸਾਹਿਬ ਤੁਸੀਂ ਕੋਈ ਜ਼ਰੇਲਾ ਸੱਪ ਖਾ ਲਿਆ ਕੋਈ ਬਾਵਲਾ ਕੁੱਤਾ ਖਾ ਲਿਆ ਜਾਂ ਕੋ ਚੂਹਾ ਖਾ ਲਿਆ ਜਾਂ ਕੋਈ ਜ਼ਰੇਲੀ ਚੀਜ਼ ਖਾ ਲਈ ਕੋਈ ਕੀੜੇ ਮਕੌੜੇ ਖਾ ਲੈਣੇ ਕਿ ਤੁਸੀਂ ਸ਼ਰੀਫ ਖਾਨਦਾਨ ਨੂੰ ਵੜਨਾ ਤੇ ਉਹਨਾਂ ਨੂੰ ਤੁਸੀਂ ਖਤਮ ਕਰ ਦੇਣਾ ਵੈਸੇ ਇੰਨੀ ਉਮਰ ਖਾਨ ਸਾਹਿਬ ਤੁਹਾਡੀ ਲੰਘ ਗਈ ਹੈ ساری ਉਮਰ ਤੁਸੀਂ ਸ਼ਰੀਫ ਖਾਨਦਾਨ ਕੋਲੋਂ ਜ਼ਕਾਤ ਚੰਦਾ ਲੈ ਕੇ ਖਾਂਦੇ ਰਹੇ ਹੋ ਔਰ ਪੜਦੇ ਰਹੇ ਉਹਨਾਂ ਦੇ ਪੈਸਿਆਂ ਤੇ ਤੇ ਅੱਜ ਤੂੰ ਕਹਿਣਾ ਕਿ ਮੈਂ ਸ਼ਰੀਫ ਖਾਨਦਾਨ ਨੂੰ ਖਤਮ ਕਰ ਦੇਣਾ ਤੇਰੀ ਐਸੀ ਦੀ ਤੈਸੀ ਨਸ਼ਈਆ ਤੇਰੀ ਔਕਾਤ ਕੀ ਹੈ ਤੇਰੀ ਉਕਾਤ ਇੱਕ ਬਾਵਲੇ ਕੁੱਤੇ ਦੀ ਹੈ ਜਦੋਂ ਪਿੰਡ ਦੇ ਵਿੱਚ ਕੋਈ ਕੁੱਤਾ ਬਾਵਲਾ ਹੋ ਜਾਏ ਤੇ ਪਿੰਡ ਦੇ ਲੋਕ ਡੰਡੇ ਸੋਟੇ ਲੈ ਕੇ ਉਹਦੇ ਪਿੱਛੇ ਲੱਗ ਜਾਂਦੇ ਨੇ ਤਾਂ ਕਿ ਉਹਨਾਂ ਦੇ ਬੱਚੇ ਮਾਲ ਡੰਗਰ ਇਸ ਬਾਵਲੇ ਕੁੱਤੇ ਤੋਂ ਮਹਿਫੂਜ਼ ਰਹਿ ਸਕਣ ਤੇ ਖਾਨ ਸਾਹਿਬ ਤੁਸੀਂ ਇਸ ਟਾਈਮ ਉਸ ਬਾਵਲੇ ਕੁੱਤੇ ਦਾ ਰੋਲ ਅਦਾ ਕਰ ਰਹੇ ਹੋ ਇਸ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਆਵਾਮ ਡੰਡੇ ਸੋਟੇ ਲੈ ਕੇ ਤੁਹਾਡੇ ਪਿੱਛੇ ਚੜ ਚੁੱਕੀ ਹੈ ਇਸ ਤੋਂ ਪਹਿਲਾਂ ਕਿ وزیراعظم ਹਾਊਸ ਤੇ ਵਿੱਚ ਬੈਠਾ ਬਾਵਲੇ ਕੁੱਤੇ ਦੀ ਨਕਲ ਕਰਨ ਵਾਲਾ ਇਮਰਾਨ ਨਿਆਜ਼ੀ ਉਹਨੂੰ ਆਵਾਮ ਡੰਡੇ ਸੋਟੇ ਲੈ ਕੇ ਉਹਦੇ ਤੇ ਚੜ ਜਾਣ ਔਰ ਉਹਦਾ ਬਾਵਲਾਪਨ ਖਤਮ ਕਰ ਦੇਣ ਤੇ ਤੁਹਾਡੇ ਅੱਗੇ ਇੱਕ ਗੁਜ਼ਾਰਿਸ਼ ਹੈ ਖਾਨ ਸਾਹਿਬ ਬੰਦੇ ਦੇ ਪੁੱਤਰ ਬਣ ਜਾਓ ਇਸ ਤਰ੍ਹਾਂ ਦੀਆਂ ਜ਼ਲੀਲ ਹਰਕਤਾਂ ਕਮੀਨੇ ਵਾਲੀਆਂ ਹਰਕਤਾਂ ਡਾਕੂਆਂ ਵਾਲੀਆਂ ਹਰਕਤਾਂ ਕਾਤਲਾਂ ਵਾਲੀਆਂ ਹਰਕਤਾਂ ਬੰਦੇ ਮਾਰਨ ਵਾਲੀਆਂ ਸ਼ੌਖੀਆਂ ਇਹ ਛੱਡ ਦਿਓ ਕਿਉਂਕਿ ਤੁਸੀਂ ਜਿੰਦਿਆਂ ਕੋ ਬਾਦਰ ਹੈ ਹੋਣਾ ਇਹ ਸਾਨੂੰ ਸਾਰਾ ਪਤਾ ਹੈ ਪੂਰੀ ਕੌਮ ਨੂੰ ਪਤਾ ਹੈ ਕਿ ਤੁਸੀਂ ਕਿਸ ਖਾਨਦਾਨ ਨਾਲ ਤੱल्लਕ ਰੱਖਦੇ ਹੋ ਔਰ ਕਿੱਡਾ ਕੋ ਬਾਹਦਰ ਤੁਹਾਡਾ ਖਾਨਦਾਨ ਹੈ ਜਾਂ ਕਿੰਨੇ ਕੋ ਬਾਹਦਰ ਤੁਸੀਂ ਹੋ ਇਸ ਵਾਸਤੇ ਜਿੰਨੂੰ ਅੱਲਾ ਰੱਖੇ ਉਹਨੂੰ ਕੌਣ ਚਖੇ ਔਰ ਫਿਰ ਤੇਰੇ ਵਰਗਾ ਬੇਹਿਆ ਆਦਮੀ ਤੇਰੇ ਵਰਗਾ ਚਵਲ ਔਰ ਟਕੇ ਟੋਕਰੀ ਆਦਮੀ ਕਹਿੰਦਾ ਕਿ ਮੈਂ ਸ਼ਰੀਫ ਖਾਨਦਾਨ ਨੂੰ ਨਹੀਂ ਛੱਡਣਾ ਤੇ ਸਭ ਤੋਂ ਪਹਿਲੇ ਤੇ ਉਹਨਾਂ ਦਾ ਚੰਦਾ ਵਾਪਸ ਕਰਨ ਔਰ ਇਤਰਾਫੇ ਜੁਰਮ ਕਰ ਕਿ ਮੈਂ ਇਹਨਾਂ ਕੋਲ ਸਾਰੀ ਉਮਰ ਚੰਦਾ ਲੈ ਕੇ ਖਾਂਦਾ ਰਿਆ ਤੇ ਹੁਣ ਮੈਂ ਇਹਨਾਂ ਨੂੰ ਨਹੀਂ ਛੱਡਣਾ ਸਿਆਣੇ ਇਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਕੁੱਤਾ ਔਰ ਦੁਸ਼ਮਣ ਖਾਨਦਾਨੀ ਹੋਣੇ ਚਾਹੀਦੇ ਨੇ ਤੇ ਖਾਨ ਸਾਹਿਬ ਤੁਸੀਂ ਖਾਨਦਾਨੀ ਹੋਣ ਦਾ ਸਬੂਤ ਨਹੀਂ ਦਿੱਤਾ ਕਿਉਂਕਿ ਤੁਸੀਂ ਇੰਨੇ ਘਟਿਆ ਦੁਸ਼ਮਣ ਕਿ ਤੁਸੀਂ ਸਰੇ ਆਮ ਕਹਿ ਰਹੇ ਹੋ ਕਿ ਮੈਂ ਸ਼ਰੀਫ ਖਾਨਦਾਨ ਨੂੰ ਨਹੀਂ ਛੱਡਣਾ ਸ਼ਰੀਫ ਖਾਨਦਾਨ ਨੇ ਤੇਰਾ ਨੁਕਸਾਨ ਕੀ ਕੀਤਾ ਖੱਚ ਦੀ ਇਹ ਖੱਚੇ ਚਵਲ ਆਦਮੀ ਤੈਨੂੰ ਜਦੋਂ ਉਹਨਾਂ ਕੋਲੋਂ ਤੂੰ ਕਰੋੜਾਂ ਰੁਪਈਆ ਚੰਦਾ ਲੈਂਦਾ ਸੀ ਤੇ ਉਦੋਂ ਬਿਲਕੁਲ ਠੀਕ ਸੀ 1994 ਚ ਤੇ ਹੁਣ ਤੂੰ ਕਹਿੰਦਾ ਕਿ ਉਹ ਕਰਪਟ ਨੇ ਜਿਹੜੇ ਤੈਨੂੰ 1994 ਚ 50 ਕਰੋੜ ਦਾ ਦਾ ਦਿੰਦੇ ਨੇ ਚੰਦਾ ਉਦੋਂ ਉਹ ਕਿੰਨੇ ਵੱਡੇ ਅਰਪਤੀ ਹੋਣਗੇ ਕਿ ਜਿਨੇ 50 ਕਰੋੜ ਤੈਨੂੰ ਦੇ ਦਿੱਤਾ ਚੰਦਾ 1994 ਚ ਤੇ ਹੁਣ ਤੇ ਉਹ ਖਰਪਤੀ ਹੋਣਗੇ ਤੇ ਤੈਨੂੰ ਜੋ ਤੂੰ ਬਕਵਾਸ ਯਾਦ ਕਰਨਾ ਹੈ ਨਸ਼ਾ ਕਰਕੇ ਕੁਝ ਸ਼ਰਮ ਕਰਨੀ ਚਾਹੀਦੀ ਹੈ ਕੁਝ ਹਿਆ ਕਰਨੀ ਚਾਹੀਦੀ ਹੈ ਕੋਈ ਰਵਾਦਾਰੀ ਵੀ ਕੋਈ ਚੀਜ਼ ਹੁੰਦੀ ਹੈ ਕੋਈ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਉਹ ਮਾਮਾ ਤੂੰ ਸਾਰੇ ਸ਼ਰੀਫ ਖਾਨਦਾਨ ਨੂੰ ਜੇਲ੍ਹ ਦੇ ਵਿੱਚ ਤੁੰਨ ਕੇ ਵੇਖ ਲਿਆ ਕੀ ਲੱਭਿਆ ਉਹਨਾਂ ਦੇ ਖਿਲਾਫ ਕੋਈ 1 ਟਕੇ ਦੀ ਕਰਪਸ਼ਨ ਤੂੰ ਸਾਬਤ ਕਰ ਸਕਿਆ ਦੋ ਨੰਬਰ ਆਦਮੀ ਚਵੜਾ ਆਦਮੀ ਹਾਜੀ 1 ਹਫਤਾ ਪਹਿਲੇ ਲਾਹੌਰ ਹਾਈ ਕੋਰਟ ਨੇ ਫੈਸਲਾ ਜਾਰੀ ਕੀਤਾ ਹੈ تفصیلی اور اودے وچ انہاں لکھیا کہ نائب دے کول عمران نیازی دے کول 1 ਟਕੇ دا ثبوت نہیں ਜਿੱਦੀ ਬਣਾ ਦੇ ਤੁਸੀਂ ਸ਼ਬਾਹ ਸ਼ਰੀਫ ਤੇ ਮੁਕਦਮਾ ਚਲਾ ਸਕੋ ਜਿੱਦੀ ਬੁਨਿਆਦ ਤੇ ਤੁਸੀਂ ਸ਼ਬਾਹ ਸ਼ਰੀਫ ਨੂੰ ਅੰਦਰ ਧੁੰਨ ਸਕੋ ਲਿਆਜ਼ਾ ਲਾਹੌਰ ਹਾਈ ਕੋਰਟ ਨੇ ਤੇਰੇ ਮੂੰਹ ਦੇ ਉੱਤੇ ਗੰਦੇ ਲਿੱਤਰ ਮਾਰੇ ਨੇ ਲੇਕਿਨ ਤੈਨੂੰ ਸ਼ਰਮ ਫਿਰ ਨਹੀਂ ਆਉਂਦੀ ਤੂੰ 사우ਦੀ ਅਰਬ ਤੋਂ ਆ ਕੇ ਅੱਲਾਹ ਦੇ ਘਰ ਤੋਂ ਹੋ ਕੇ ਆ ਕੇ ਤੇ ਤੂੰ ਕਹਿੰਦਾ ਕਿ ਮੈਂ ਸ਼ਰੀਫ ਖਾਨਦਾਨ ਨੂੰ ਛੱਡਣਾ ਹੀ ਨਹੀਂ ਤੇਰੀ ਐਸੀ ਦੀ ਤੈਸੀ نشਈਆ ਪੂਰਾ ਪਾਕਿਸਤਾਨ ਅੱਜ ਡੰਡੇ ਲੈ ਕੇ ਤੇਰੇ ਪਿੱਛੇ ਲੱਗਾ ਕਿਉਂਕਿ ਤੂੰ ਬਾਵਲਾ ਹੋ ਚੁੱਕਿਆ ਹੈ ਔਰ ਤੇਰੇ ਆਸਤੇ ਬਿਹਤਰ ਹੈ ਕਿ ਆਪਣਾ ਕਿਬਲਾ ਦਰੁਸਤ ਕਰ ਲੈ ਔਰ ਇਸ ਤਰ੍ਹਾਂ ਦੀਆਂ ਬੌਂਗੀਆਂ ਔਰ ਵਾਹਿਆਤ ਗੱਲਾਂ ਕਰਨੀਆਂ ਛੱਡ ਦੇ ਪਾਕਿਸਤਾਨ ਨੂੰ ਤੂੰ ਵੈਸੇ ਹੀ ਇੱਕ ਬਕਾਰੀ ਸਟੇਟ ਬਣਾ ਦਿੱਤਾ ਔਰ ਪਾਕਿਸਤਾਨੀਆਂ ਦਾ ਸਰ ਜਿਹੜਾ ਹੈ ਉਹ ਸ਼ਰਮ ਨਾਲ ਤੂੰ ਜੁਕਾ ਦਿੱਤਾ ਔਰ ਤੂੰ ਇਸ ਤਰ੍ਹਾਂ ਦੀ ਬਕਵਾਸiyat ਕਰਕੇ ਤੇ ਮੀਡੀਆ ਤੋਂ ਨਜ਼ਰਾਂ ਹਟਾਣਾ ਚਾਹਂਦਾ ਕਿ ਪਾਕਿਸਤਾਨ ਨੂੰ ਕਿਸ ਤਰ੍ਹਾਂ ਤਬਾਹ ਕੀਤਾ ਤਾਂ ਕਿ মিডিਆ ਸ਼ੇਬਾ ਸ਼ਰੀਫ ਦੇ ਪਿੱਛੇ ਲੱਗਾ ਰਹੇ ਤੇ ਤੂੰ ਮੁਲਕ ਤਬਾਹ ਕਰਦਾ ਜਾਏ। ਛੋਕਰੀ ਆਵੇ ਦਿਆ ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਤੇ ਪਾਕਿਸਤਾਨ ਦਾ ਜਿੰਨਾ ਤੂੰ ਤੜਨ ਤਖਤਾ ਕਰ ਚੁੱਕਿਆ ਹੈ। ਤੈਨੂੰ ਚਾਹੀਦਾ ਤੂੰ ਡੁੱਬ ਕੇ ਮਰ ਜਾ। ਤੇ ਪਾਕਿਸਤਾਨੀਓ ਇਸ ਬਾਬਲੇ ਵਜ਼ੀਰ ਆਜ਼ਮ ਨੂੰ ਪਛਾਣੋ ਔਰ ਇਹਦੀਆਂ ਗੱਲਾਂ ਦੇ ਵਿੱਚ ਨਾ ਆਇਆ ਜੇ ਇਹ ਦੋ ਨੰਬਰ ਜੇ ਇਹ ਦੋ ਨੰਬਰ ਹੀ ਰਹੇਗਾ। ਇਹਦੇ ਤੋਂ ਆਪਣੀ ਜਾਨ ਜਿੰਨੀ ਜਲਦੀ ਹੋ ਸਕੇ ਛਡਾ ਲਓ। ਤੇ ਸਾਡੇ ਵੱਲੋਂ ਬੜੀ ਬੜੀ ਈਦ ਮੁਬਾਰਕ ਪਾਕਿਸਤਾਨ ਜ਼ਿੰਦਾਬਾਦ